ਸਿਮਰਨਜੀਤ ਜੀ ਤੁਹਾਡੇ ਕਾਲਜ ਦਾ ਕਿਹੜਾ ਕਾਲਜ ਹੈ, ਕੀ ਮੈਟਰ ਹੈ, ਕਦੋਂ ਚੱਲਦਾ ਰਿਹਾ? ਸਰ ਇਹ 2019 ਤੋਂ ਚੱਲਣ ਲੱਗਿਆ ਹੈਗਾ, ਸਾਡੀ ਐਡਮਿਸ਼ਨ 2019 ਤੋਂ ਹੋਈ ਹੈਗੀ। ਅਸੀਂ ਫਾਈਨਲ ਈਅਰ ਦੇ ਸਟੂਡੈਂਟਸ ਹਾਂਗੇ ਅਤੇ ਇੱਥੇ ਸਾਨੂੰ ਬਹੁਤ ਸਾਰੀ ਡਿਫੀਕਲਟੀਜ਼ ਫੇਸ ਕਰਨੀਆਂ ਪੈ ਰਹੀਆਂ ਨੇ ਹੁਣ, ਕਿਉਂਕਿ ਸਾਡੇ ਕਾਲਜ 'ਚ ਬੀ ਏ ਬੰਦ ਕੀਤੀ ਜਾ ਰਹੀ ਹੈਗੀ। ਇੱਥੇ ਇਕੱਲੇ ਫਾਈਨਲ ਅਤੇ ਸੈਕਿੰਡ ਈਅਰ ਦੇ ਸਟੂਡੈਂਟਸ ਹੀ ਮਤਲਬ ਹੈਗੇ ਨੇ ਅਤੇ ਫਸਟ ਈਅਰ ਹੁਣ ਜਮ੍ਹਾਂ ਬੰਦ ਕਰ ਦਿੱਤੀ। ਇਹਨਾਂ ਨੇ ਨਾ ਆਪਣਾ ਬਸ ਪਰਪਸ ਬਣਾ ਲਿਆ ਕਿ ਪ੍ਰੋਫਿਟ ਅਰਨਿੰਗ ਲਈ ਹੈਗਾ, ਅਤੇ ਔਰ ਇੱਥੇ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਗ੍ਰੈਜੂਏਸ਼ਨ ਕਰੀਏ ਅਤੇ ਉਹਨਾਂ ਨੂੰ ਐਡਮਿਸ਼ਨ ਨਹੀਂ ਦਿੱਤੀ ਜਾ ਰਹੀ। ਐਡਮਿਸ਼ਨ ਹੋਈ ਵੀ ਸੀ ਅਤੇ ਵਾਪਸ ਉਹਨਾਂ ਦੀ ਫੰਡਿੰਗ ਕਰ ਦਿੱਤੀ ਗਈ ਕਿ ਇੱਥੇ ਐਡਮਿਸ਼ਨ ਹੀ ਨਹੀਂ ਹੈਗੀ ਅਤੇ ਦੂਸਰੇ ਕੋਰਸਿਸ ਨੂੰ ਮਤਲਬ ਜ਼ਿਆਦਾ ਬੜਾਵਾ ਦਿੱਤਾ ਜਾ ਰਿਹਾ ਹੈਗਾ। ਕਾਰਨ ਇਹੀ ਹੈ ਸਰ, ਇਹ ਪ੍ਰੋਫਿਟ ਅਰਨਿੰਗ ਕਰਨਾ ਚਾਹੁੰਦੇ ਨੇ, ਬਟ ਇਹ ਇੰਸਟੀਟਿਊਟ ਇੱਕ ਚੈਰਿਟੀ ਲਈ ਖੁੱਲ੍ਹਿਆ ਸੀ ਕਿ ਗਰਲਸ ਦੀ ਚੈਰਿਟੀ ਇੰਸਟੀਟਿਊਟ ਹੋਵੇ ਕਿ ਗਰਲਸ ਨੂੰ ਐਜੂਕੇਸ਼ਨ ਦਿੱਤੀ ਜਾਵੇ ਅਤੇ, ਬਟ ਹੁਣ ਇਹਨਾਂ ਨੇ ਜਸਟ ਇਹ ਪ੍ਰੋਫਿਟ ਅਰਨਿੰਗ ਲਈ ਹੀ ਕਰ ਰੱਖਿਆ ਹੈਗਾ। ਨਹੀਂ ਸਰ, ਇੱਥੇ ਜਸਟ ਆਪਣੇ ਸੰਗਰੂਰ ਦੇ ਵਿੱਚ ਆਹੀ ਇੱਕ ਕੁੜੀਆਂ ਦਾ ਕਾਲਜ ਹੈ ਜਿੱਥੇ ਪੇਰੈਂਟਸ ਮਤਲਬ ਭੇਜ ਦਿੰਦੇ ਨੇ ਆਪਣੇ ਕੁੜੀਆਂ ਨੂੰ ਕਿ ਹਾਂ ਕਿ ਸਿਕਿਉਰਿਟੀ ਕੁੜੀਆਂ ਦੀ ਉਹ ਆ ਗਈ, ਬਟ ਹੁਣ ਇੱਥੇ ਮਤਲਬ ਬਹੁਤ ਜ਼ਿਆਦਾ ਡਿਫੀਕਲਟੀਜ਼ ਫੇਸ ਕਰਨੇ ਪੈ ਰਹੇ ਨੇ। ਕਈ ਵਾਰ ਤਾਂ ਬਾਹਰੋਂ ਬੰਦੇ ਆ ਜਾਂਦੇ ਨੇ, ਇੱਥੇ ਵੂਮੈਨ ਦੀ ਰਿਸਪੈਕਟ ਨਹੀਂ ਹੋ ਰਹੀ ਹੈਗੀ। 6 ਮਹੀਨੇ ਪਹਿਲਾਂ ਸਾਡੇ ਪ੍ਰਿੰਸੀਪਲ ਮੈਮ ਨੂੰ ਬਾਹਰ ਖੜਾਇਆ ਗਿਆ ਸੀਗਾ ਅਤੇ ਗੇਟ ਬੰਦ ਕਰ ਦਿੱਤਾ ਗਿਆ ਸੀਗਾ ਕਿ ਉਹਨਾਂ ਨੂੰ ਅੰਦਰ ਨਹੀਂ ਬੁਲਾਉਣਾ ਹੈਗਾ ਅਤੇ ਉਹਨਾਂ ਨੂੰ ਬਹੁਤ ਡਿਸਰਿਸਪੈਕਟ ਕੀਤਾ ਗਿਆ ਅਤੇ ਉਰੇ ਅਸੀਂ ਸੇਫ ਫੀਲ ਨਹੀਂ ਕਰਦੇ ਹੈਗੇ ਇਸ ਬੇਸਿਸ ਤੇ। ਫਾਈਨਲ ਦੇ ਸਟੂਡੈਂਟਸ ਸਟੱਡੀ ਸਹੀ ਹੋ ਰਹੀ ਹੈ? ਨਹੀਂ ਸਰ, ਸਾਨੂੰ ਡਿਫੀਕਲਟੀਜ਼ ਫੇਸ ਕਰਨੀਆਂ ਪੈ ਜਾਂਦੀਆਂ ਨੇ। ਸਰ ਬਸ ਸਾਨੂੰ ਮਤਲਬ ਇੰਨਾ ਖੁੱਲ੍ਹ ਕੇ ਦੱਸਦੇ ਨਹੀਂ ਹੈਗੇ, ਬਟ ਸਾਨੂੰ ਸਹੀ ਫੈਸਿਲਿਟੀਜ਼ ਨਹੀਂ ਦਿੱਤੀਆਂ ਜਾ ਰਹੀਆਂ, ਗੇਟ ਬੰਦ ਕਰ ਦਿੰਦੇ ਨੇ ਸਾਨੂੰ, ਮਤਲਬ ਬਹੁਤ ਸਟ੍ਰਿਕਟ ਜਿਹਾ ਰੱਖ ਰਹੇ ਨੇ। ਕਈ ਵਾਰ ਤਾਂ ਬੰਦੇ ਵੀ ਆ ਗਏ ਸੀਗੇ ਜਦ ਮੈਮ ਨਾਲ ਹੋਏ। ਲੋਕਲ ਹਾਂ ਸਰ ਅਸੀਂ। ਨਹੀਂ ਸਰ, ਹੋਸਟਲ ਦੀ ਫੈਸਿਲਿਟੀ ਵੀ ਨਹੀਂ ਹੈਗੀ। ਪਹਿਲਾਂ ਸਕੂਲ ਵਾਲੇ ਬੱਚਿਆਂ ਨੂੰ ਪ੍ਰੋਵਾਈਡ ਕੀਤਾ ਗਿਆ ਸੀਗਾ, ਕਾਲਜ ਵਾਲਿਆਂ ਨੂੰ ਨਹੀਂ ਸੀ ਉਦੋਂ ਵੀ। ਕਿਹੜੀ ਕਲਾਸ ਚੋਂ? ਸਰ ਬੀ ਏ ਫਾਈਨਲ। ਬੀ ਏ ਫਾਈਨਲ ਦੇ ਵਿੱਚ ਇਸ ਟਾਈਮ ਕਿੰਨੇ ਸਟੂਡੈਂਟ ਨੇ, ਕੀ ਸਥਿਤੀ ਹੈ ਕਾਲਜ ਦੀ ਅਤੇ ਬੱਚੇ ਪੜ੍ਹਦੇ ਸੀ, ਕਿਉਂ ਹਟ ਗਏ ਜਾਂ ਹਟਾ ਦਿੱਤੇ ਗਏ? ਸਰ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਹੁਣ ਘੁਟਾਲਿਆਂ ਕਰਕੇ ਬੀ ਏ ਫਸਟ ਈਅਰ ਬੰਦ ਕਰਤੀ, ਕਈਆਂ ਦੇ ਐਵੇਂ ਸੀ ਕਿ ਬੀ ਏ ਫਾਈਨਲ 'ਚ ਕਿਸੇ ਦੇ ਸਿਸਟਰ ਲੱਗੇ ਹੋਏ ਸੀ ਜਾਂ ਸੈਕਿੰਡ ਈਅਰ 'ਚ ਸੀ, ਪਰ ਉਹਨਾਂ ਦੇ ਘਰ ਦੀ ਪ੍ਰੋਬਲਮ ਕਰਕੇ ਉਹ ਇਕੱਠੇ ਆ ਪਾਉਂਦੇ ਸੀ, ਆਡਡ ਨਹੀਂ ਆ ਸਕਦੇ ਸੀ, ਜਿਸ ਕਰਕੇ ਹੁਣ ਸਾਡੀ ਬੀ ਏ ਫਾਈਨਲ ਦੀ ਜਿਹੜੀ ਸਟਰੈਂਥ ਹੈ ਉਹ ਵੀ ਘੱਟ ਗਈ ਹੈ ਅਤੇ ਹੁਣ ਸਾਨੂੰ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਰ ਆਪਾਂ ਇੱਥੇ ਕਿਉਂ ਆਏ ਹਾਂ ਕਿ ਸਾਡੀ ਸਿਕਿਉਰਿਟੀ ਦਾ ਪੂਰਾ ਧਿਆਨ ਰੱਖਿਆ ਕਰ ਜਾਵੇ, ਪਰ ਸਰ 1-6 ਮਹੀਨੇ ਪਹਿਲਾਂ ਹੀ ਤੁਹਾਨੂੰ ਪਤਾ ਸਾਡੇ ਪ੍ਰਿੰਸੀਪਲ ਮੈਮ ਨੂੰ ਕਿੱਦਾਂ ਬਾਹਰ ਖੜਾਇਆ ਗਿਆ, ਇੱਕ ਔਰਤ ਦੀ ਇੱਜ਼ਤ ਨਹੀਂ ਕੀਤੀ ਗਈ, ਤਾਂ ਅਸੀਂ ਇੱਥੇ ਕੁੜੀਆਂ ਕਿਵੇਂ ਆਪਣੀਆਂ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਦੇ ਹਾਂ, ਤਾਂ ਸਾਨੂੰ ਇਹ ਸਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਹਾਂਜੀ ਸਰ, ਸਾਡੀ ਇਹੀ ਮੰਗ ਹੈ ਕਿ ਸਾਨੂੰ ਬੀ ਏ ਚਾਲੂ ਰੱਖੀ ਜਾਵੇ ਤਾਂ ਕਿ ਜਿਹੜੇ ਹੋਰ ਕੁੜੀਆਂ ਨੇ ਪਿੰਡਾਂ ਤੋਂ ਆਉਂਦੇ ਨੇ ਬੱਚੇ, ਉਹਨਾਂ ਨੂੰ ਪੂਰੀ ਪੂਰੀ ਪੜ੍ਹਨ ਦੀ ਫੈਸਿਲਿਟੀ ਦਿੱਤੀ ਜਾਵੇ। ਕੀ ਨਾਮ ਹੈ? ਸਵਰਨਜੀਤ ਕੌਰ। ਕਿਹੜੀ ਕਲਾਸ ਚ? ਬੀ ਏ ਫਾਈਨਲ। ਕਿਹੜੇ ਕਾਲਜ ਚ? ਕਾਰ ਡਿਗਰੀ ਕਾਲਜ ਫਾਰ ਵੁਮੈਨ ਸੰਗਰੂਰ। ਕਾਲਜ ਦੇ ਵਿੱਚ ਬੀ ਏ ਜਿਹੜੀ ਇਹ ਖਤਮ ਕੀਤੀ ਜਾ ਰਹੀ ਹੈ, ਤੁਸੀਂ ਕਿੱਥੋਂ ਆਉਂਦੇ ਹੋ, ਕਿੰਨੀ ਦੂਰ ਆਉਂਦੇ ਹੋ, ਕਿਉਂ ਪੇਰੈਂਟਸ ਦੇ? ਅਸੀਂ ਪਿੰਡ ਰਣੀਗੇ ਤੋਂ ਆਉਂਦੇ ਹੈਗੇ। ਇਹ ਕਾਲਜ ਕਾਰ ਡਿਗਰੀ ਕਾਲਜ ਇਕੱਲੀ ਲੜਕੀਆਂ ਦੇ ਹੋਣ ਦੇ ਨਾਂ 'ਤੇ ਪੇਰੈਂਟਸ ਵੱਲੋਂ ਪੜ੍ਹਾਇਆ ਜਾ ਰਿਹਾ ਹੈਗਾ। ਇਹ ਕਾਲਜ ਬੰਦ ਕਰ ਰਹੇ ਨੇ ਹੁਣ, ਵੀ ਇੰਨੀ ਦੂਰ ਤੋਂ ਬੱਚੇ, ਗਰੀਬ ਬੱਚੇ ਪੜ੍ਹਨ ਲਈ ਆਉਂਦੇ ਨੇ, ਇਹ ਕਾਲਜ ਹੁਣ ਬੰਦ ਕਰ ਰਹੇ ਨੇ। ਸਾਨੂੰ ਇਹੀ ਹੈ ਕਿ ਸਾਡੇ ਇਹ ਬੀ ਏ ਕਾਲਜ ਡਿਪਾਰਟਮੈਂਟ 'ਚ ਚੱਲਣਾ ਚਾਹੀਦਾ, ਇਹ ਕਾਲਜ ਕੰਟੀਨਿਊ ਹੋਣਾ ਚਾਹੀਦਾ। ਬੀ ਏ ਫਸਟ ਈਅਰ ਦੀ ਐਡਮਿਸ਼ਨ ਚਾਲੂ ਹੋਣੀ ਚਾਹੀਦੀ ਨੇ ਸਰ। ਇੱਥੇ ਇਹਨਾਂ ਨੇ ਪਹਿਲਾਂ ਬੰਦ ਕਰਤੀ, ਇਹਨਾਂ ਨੇ ਜਲਸੇ 'ਚ ਰੱਖਿਆ ਸਾਨੂੰ, ਅਤੇ ਇਹਨਾਂ ਨੇ ਸਾਨੂੰ ਸਰ ਧਮਕਾਇਆ ਵੀ ਬਹੁਤ ਜ਼ਿਆਦਾ ਹੈਗਾ। ਜਿਸ ਦਿਨ ਪ੍ਰੋਟੈਸਟ ਹੋ ਰਿਹਾ ਸੀਗਾ ਬਾਹਰ ਸਕੇਟਿੰਗ ਦਾ, ਇਸ ਦਿਨ ਬਾਹਰੋਂ ਬੰਦੇ ਬੁਲਾਏ ਸੀ ਨਾ ਜਿਹੜੇ, ਇਹਨਾਂ ਨੇ ਸਾਨੂੰ ਉਹਨਾਂ ਨੇ ਧਮਕਾਇਆ ਸੀ, ਕਹਿੰਦੇ ਤੁਹਾਡੀ ਮੈਡਮ ਹੁਣ ਕੀ ਰਹਿ ਗਈ, ਕਹਿੰਦੇ ਸਾਨੂੰ ਜੇਲ੍ਹ 'ਚ ਅੰਦਰ ਬੁਲਾ ਕੇ ਧਮਕਾਇਆ ਵੀ ਬਹੁਤ ਜ਼ਿਆਦਾ ਸਾਨੂੰ ਇਹਨਾਂ ਨੇ, ਇਹਦੇ ਕਾਰਨ ਸਾਨੂੰ ਤੁਸੀਂ ਚਾਹੁੰਦੇ ਵੀ ਕੰਟੀਨਿਊ? ਹਾਂਜੀ, ਕੰਟੀਨਿਊ ਹੋਵੇ। ਹਾਂਜੀ ਸਰ, ਇਹ ਸਾਨੂੰ ਬਹੁਤ ਧਮਕਾ ਰਹੇ, ਡਰਾ ਰਹੇ ਨੇ ਸਰ। ਹਾਂਜੀ, ਇਹ ਮੈਨੇਜਮੈਂਟ ਵਧੀਆ ਨਹੀਂ ਹੈਗੀ ਸਰ। ਸਰ ਅਕਾਲ ਡਿਗਰੀ ਕਾਲਜ ਫੋਰ ਵੂਮੈਨ ਸੰਗਰੂਰ, ਕੀ ਕਹਿਣਾ ਚਾਹੁੰਦੇ ਜਿਹੜਾ ਤੁਹਾਡੇ ਕਾਲਜ ਦਾ ਇਸ਼ੂ ਵੀ ਚੱਲ ਰਿਹਾ, ਬੀ ਏ ਦੀ ਕਲਾਸਾਂ ਕਿਉਂ ਬੰਦ ਕੀਤੀਆਂ ਗਈਆਂ ਸੀਗੀਆਂ, ਕਿੱਥੋਂ ਕਿੱਥੋਂ ਤੁਸੀਂ ਆ ਰਹੇ? ਸਰ ਮੈਂ ਕਹਿਣਾ ਚਾਹੁੰਦੀ, ਫਸਟਲੀ ਤਾਂ ਸਰ ਮੈਂ ਉਰੇ ਸੰਗਰੂਰ ਤੋਂ ਬਿਲੋਂਗ ਕਰਦੀ ਹਾਂ ਲੋਕਲ, ਅਤੇ ਸਰ ਇਨ ਇੰਡੀਆ ਅਸੀਂ ਸਾਰੇ ਜਾਣਦੇ ਹਾਂ ਅੰਡਰ ਐਕਟ 1860 ਜਿਹੜੇ ਐਜੂਕੇਸ਼ਨਲ ਇੰਸਟੀਟਿਊਟ ਹੁੰਦੇ ਨੇ ਉਹ ਇੱਕ ਚੈਰਿਟੀ ਦੇ ਤੌਰ 'ਤੇ ਨੇ, ਬਟ ਜਦੋਂ ਅਸੀਂ ਨਿਊਜ਼ ਪੇਪਰ 'ਚ ਸਾਰਾ ਦੇਖਿਆ ਵੀ ਸਾਡੇ ਕਾਲਜ 'ਚ 12 ਕਰੋੜ ਦਾ ਘਪਲਾ ਹੋਇਆ ਸਰ, ਅਤੇ ਅਸੀਂ ਵੀ ਚਾਹੁੰਦੇ ਹਾਂ ਵੀ ਸਰ ਇਹ ਗੱਲ ਬਾਹਰ ਆਵੇ। ਸਰ ਤੁਸੀਂ ਸਾਰੇ ਦੇਖਦੇ ਹੋ ਵੀ ਮੋਸਟਲੀ ਲੋਕ ਬੀ ਏ ਹੀ ਕਰਦੇ ਨੇ, ਮੋਸਟਲੀ ਸਟੂਡੈਂਟ, ਕਈ ਇਕਨੋਮਿਕਲੀ ਵੀਕ ਹੁੰਦੇ ਨੇ ਤਾਂ ਕਰਦੇ ਨੇ, ਕਈ ਸਰ ਮੈਂਟਲੀ ਹੋਰ ਕੋਈ ਸਬਜੈਕਟਸ ਔਖੇ ਨਹੀਂ ਪੜ੍ਹ ਸਕਦੇ ਇਸ ਲਈ ਵੀ ਕਰਦੇ ਨੇ ਸਰ, ਅਤੇ ਮੈਂ ਨੋਰਮਲ ਉਰੇ ਆ ਕੇ ਵੀ ਇਹ ਨੋਟਿਸ ਕੀਤਾ ਸਰ, ਮੋਸਟਲੀ ਲੋਕ ਬੀ ਏ ਕਰਨਾ ਚਾਹੁੰਦੇ ਨੇ, ਬਟ ਉਹੀ ਸਰ ਜਿਹੜਾ ਕੋਰਸ ਹੈ ਉਹੀ ਉਰੇ ਬੰਦ ਹੋ ਰਿਹਾ ਹੋਵੇ ਸਿਰਫ ਇਸ ਲਈ ਪਰਸਨਲ ਪ੍ਰੋਫਿਟ ਲਈ, ਇਹ ਗੱਲ ਗਲਤ ਹੈ ਸਰ। ਉਸੇ ਦੇ ਸਾਹਮਣੇ ਵੀ ਕੁੜੀ ਦਾ ਇੱਕ ਇਹ
यस सर बहुत कई पेरेंट्स में जो दिक्कत आती है भी असं अपने बच्चे को एजुकेशन नहीं भेजने तो मोस्टली उरे कुड़ियाँ यही से गल तो आदि ने भी उरे अच्छी सिक्योरिटी मिलेगी तो कल गर्ल्स कॉलेज है गर्ल्स नू कंफर्टेबल फील हो सर उरे बहुत दूर दूर तो मोस्टली सर पिंडा तो कुड़ियाँ आदि ने तो सर जे आ भी कॉलेज बंद हो जूगा तो कोई होर उन्होंने ऑप्शन रहता नहीं संगरूर च कच्चे कॉलेज लिए सर बी ए फाइनल ये फाइनल थोड़ी स्टडी हो रही है कि नहीं सो हो रही है बट एक प्रेशराइज्ड वे नाल हो रही है ਅਸੀਂ ਕੁਝ ਵੀ ਕੰਫਰਟੇਬਲ ਨਹੀਂ ਫੀਲ ਕਰਦੇ ਹੈਗੇ ਦੀ ਮੈਨੇਜਮੈਂਟ ਤੇ ਐਫ ਆਈ ਆਰ ਦਰਜ ਹੋਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਕਾਫੀ ਲੰਬੇ ਸਮੇਂ ਦਾ ਕੇਸ ਚੱਲ ਰਿਹਾ ਸੀ 11 ਕਰੋੜ ਦਾ ਕਹਿੰਦੇ ਵੀ ਫੰਡ ਜਿਹੜੇ ਟ੍ਰਾਂਸਫਰ ਕੀਤੇ ਗਏ ਨੇ ਕਿਸੇ ਹੋਰ ਪਰਪਸ ਨੂੰ ਦੇਖੋ ਆਮ ਆਦਮੀ ਪਾਰਟੀ ਦਾ ਜਿਹੜਾ ਸਭ ਤੋਂ ਪਹਿਲਾਂ ਤੇ ਮੇਨ ਜਿਹੜਾ ਸਾਡਾ ਵਿਜ਼ਨ ਆ ਉਹ ਐਜੂਕੇਸ਼ਨ ਨੂੰ ਲੈ ਕੇ ਆ ਔਰ ਜੇ ਮੈਂ ਗੱਲ ਕਰਾਂ ਤਾਂ ਅਕਾਲ ਡਿਗਰੀ ਕਾਲਜ ਜਿਹੜਾ ਸਾਡਾ ਕੁੜੀਆਂ ਦਾ ਜਿਹੜਾ ਇੱਕੋ ਇੱਕ ਜਿਹੜਾ ਲੜਕੀਆਂ ਦਾ ਜਿਹੜਾ ਇੱਥੇ ਕਾਲਜ ਹੈਗਾ ਸੋ ਪਹਿਲਾਂ ਵੀ ਜਿਹੜਾ ਇਸ਼ੂ ਜਿਹੜਾ ਇਹ ਕ੍ਰੀਏਟ ਹੁੰਦਾ ਰਿਹਾ ਔਰ ਮੈਂ ਇੱਕ ਮਹਿਲਾ ਵਿਧਾਇਕ ਹੋਣ ਦੇ ਨਾਤੇ ਔਰ ਮੇਰੀ ਕੋਸ਼ਿਸ਼ ਆ ਕਿ ਇਹ ਕਾਲਜ ਆ ਜਿਹੜਾ ਇਹ ਵਧੀਆ ਤੋਂ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਜਿਹੜੇ ਨੇੜਲੇ ਪਿੰਡਾਂ ਤੋਂ ਕੁੜੀਆਂ ਆਉਂਦੀਆਂ ਨੇ ਪੜ੍ਹਨ ਦੇ ਲਈ ਉਹਨਾਂ ਦੇ ਲਈ ਹਰ ਸਹੂਲਤ ਹੋਵੇ ਕਿਉਂਕਿ ਪਿੱਛੇ ਜਿਹੜਾ ਇੱਕ ਮੈਨੇਜਮੈਂਟ ਦੇ ਵੱਲੋਂ ਇੱਥੇ ਜਿਹੜੇ ਬੀ ਏ ਨੂੰ ਬੰਦ ਕਰਕੇ ਔਰ ਜਿਹੜੇ ਪ੍ਰੋਫੈਸ਼ਨਲ ਕੋਰਸਿਸ ਚਲਾ ਕੇ ਇੱਕ ਜਿਹੜਾ ਐਜੂਕੇਸ਼ਨ ਦਾ ਜਿਹੜਾ ਇੱਕ ਵਪਾਰ ਜਿਹੜਾ ਇਹਨੂੰ ਬਣਾਉਣਾ ਚਾਹੁੰਦੇ ਸੀ ਸੋ ਉਸ ਨੂੰ ਲੈ ਕੇ ਜਿਹੜਾ ਇਹ ਕਾਰਵਾਈ ਜਿਹੜੀ ਹੋ ਰਹੀ ਆ ਸੋ ਇਹ ਹੋਣੀ ਚਾਹੀਦੀ ਆ ਔਰ ਅਸੀਂ ਕਿਉਂਕਿ ਜੇ ਮੈਂ ਅਕਾਲ ਡਿਗਰੀ ਕਾਲਜ ਦੀ ਗੱਲ ਕਰਾਂ ਤਾਂ ਇਹ ਬੇਸਿਕਲੀ ਜਿਹੜਾ ਜਿਹੜੀ ਗੌਰਮੈਂਟ ਫੰਡਸ ਚਾਹੇ ਲੋਕਾਂ ਦੀ ਜਿਹੜੀ ਪਬਲਿਕ ਜਿਹੜੀ ਡੋਨੇਸ਼ਨ ਦੇ ਉੱਤੇ ਜਿਹੜਾ ਡਿਪੈਂਡ ਖੜਾ ਜੇ ਬਿਲਡਿੰਗ ਸਾਰੀਆਂ ਜਿਹੜੀਆਂ ਬਣੀਆਂ ਨੇ ਸੋ ਲੋਕਾਂ ਦੇ ਉਲਟ ਜਾ ਕੇ ਕੋਈ ਵੀ ਫੈਸਲਾ ਨਹੀਂ ਲਿਆ ਜਾਊਗਾ ਔਰ ਮੈਂ ਚਾਹੁੰਦੀ ਹਾਂ ਕਿ ਜਿਹੜੀ ਇਨਵੈਸਟੀਗੇਸ਼ਨ ਆ ਇਹ ਜਿਹੜੀ ਸਹੀ ਤਰੀਕੇ ਨਾਲ ਹੋ ਕੇ ਜਿਹੜਾ ਨਿਪਟੇ 11 ਕਰੋੜ ਦਾ ਗਵਨ ਹੋਇਆ ਗਿਆ ਅਤੇ ਹੁਣ ਪ੍ਰਸ਼ਾਸਨ ਦੇ ਹੱਥ ਦਿੱਤਾ ਕਾਲਜ ਤੁਸੀਂ ਨਹੀਂ ਸਮਝੇ ਵੀ ਇਹ ਸਰਕਾਰ ਦੇ ਅੰਡਰ ਹੋ ਜੀ ਤਾਂ ਬੈਟਰ ਹੈ ਦੇਖੋ ਮੈਂ ਪਹਿਲਾਂ ਹੀ ਕਹਿ ਰਹੀ ਹਾਂ ਕਿ ਮੇਰੀ ਪੂਰੀ ਕੋਸ਼ਿਸ਼ ਹੈ ਕਿ ਇਹ ਜਿਹੜਾ ਪ੍ਰੋਪਰ ਜਿਹੜਾ ਤਰੀਕੇ ਨਾਲ ਸਰਕਾਰ ਦੇ ਅੰਡਰ ਲੈ ਕੇ ਇਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹ ਕਰ ਰਹੇ ਹਾਂ ਅਤੇ ਇਹਦੇ ਵਿੱਚ ਜਿਹੜੀ ਨਿਰਪੱਖ ਜਾਂਚ ਹੋ ਕੇ ਜਿਹੜਾ ਸਹੀ ਜਿਹੜਾ ਸੀ ਐਮ ਸਾਹਿਬ ਦੇ ਜਿਹੜਾ ਜਿਹੜਾ ਸਾਡੇ ਮਾਣਯੋਗ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਉਹ ਜਿਹੜੇ ਇਸ ਜਿਹੜੇ ਮੁੱਦੇ ਤੋਂ ਜਿਹੜਾ ਵਾਕਿਫ ਨੇ ਕਿਉਂਕਿ ਉਹਨਾਂ ਦੀ ਸਿਸਟਰ ਵੀ ਉਰੇ ਪੜੇ ਨੇ ਪਹਿਲਾਂ ਵੀ ਉਰੇ ਆਉਂਦੇ ਰਹੇ ਨੇ ਬਿਲਕੁਲ ਸੋ ਜਿਹੜਾ ਸਰਕਾਰ ਦੇ ਧਿਆਨ ਦੇ ਵਿੱਚ ਆ ਇਹ ਅਤੇ ਜਿਹੜੀ ਇਹਦੀ ਨਿਰਪੱਖ ਜਾਂਚ ਹੋ ਕੇ ਜਿਹੜਾ ਸਾਰਾ ਸਾਹਮਣੇ ਆਉਣਾ ਚਾਹੀਦਾ ਇਹ ਐਫ ਆਈ ਆਰ ਜੋ ਹੋਈ ਹੈ ਇਹ ਕੱਲ੍ਹ ਪ੍ਰਿੰਸੀਪਲ ਸੈਕਟਰੀ ਹਾਇਰ ਐਜੂਕੇਸ਼ਨ ਐਂਡ ਲੈਂਗੁਏਜਿਸ ਗੌਰਮੈਂਟ ਆਫ ਪੰਜਾਬ ਇਹਨਾਂ ਦਾ ਇੱਕ ਪੱਤਰ ਆਇਆ ਸੀ ਸਾਡੇ ਕੋਲ ਰਿਗਾਰਡਿੰਗ ਐਫ ਆਈ ਆਰ ਟੂ ਬੀ ਰਜਿਸਟਰਡ ਇੱਕ ਸਾਡੇ ਕਾਲਜ ਹੈ ਇੱਥੇ ਅਕਾਲ ਡਿਗਰੀ ਕਾਲਜ ਫੋਰ ਵੁਮੈਨ ਉਹਨਾਂ ਦੀ ਮੈਨੇਜਮੈਂਟ ਦੇ ਖਿਲਾਫ਼ ਅਤੇ ਉਹ ਅਸੀਂ ਐਫ ਆਈ ਆਰ ਨੰਬਰ 74 ਅੰਡਰ ਸੈਕਸ਼ਨ 408-409-477-120B ਆਈ ਪੀ ਸੀ ਅਸੀਂ ਰਜਿਸਟਰ ਕੀਤੀ ਹੈਗੀ ਅਗੇਂਸਟ ਮੈਨੇਜਮੈਂਟ ਕਮੇਟੀ ਆਫ ਅਕਾਲ ਡਿਗਰੀ ਕਾਲਜ ਫੋਰ ਵੁਮੈਨ ਸੰਗਰੂਰ ਕੀ ਮਸਲਾ ਸੀਗਾ ਇਹ ਜਿਹੜਾ ਹੈਗਾ ਪਿਛਲੇ 3 ਸਾਲ ਤੋਂ ਇੱਕ ਇਨਕੁਆਇਰੀ ਚੱਲ ਰਹੀ ਸੀਗੀ ਡਿਪਾਰਟਮੈਂਟ ਆਫ ਐਜੂਕੇਸ਼ਨ ਹਾਇਰ ਐਜੂਕੇਸ਼ਨ ਵੱਲੋਂ ਇਹਨਾਂ ਦੇ ਜੋ ਮਿਸ ਐਪਰੋਪ੍ਰੀਏਸ਼ਨ ਐਂਡ ਮਿਸ ਯੂਜ਼ ਆਫ ਫੰਡ ਦੇ ਰਿਗਾਰਡਿੰਗ ਅਤੇ ਉਹਦੇ ਵਿੱਚ ਕਾਫੀ ਲੌਂਗ ਟਰਮ ਇਨਕੁਆਇਰੀ ਤੋਂ ਬਾਅਦ ਇਹਨਾਂ ਨੇ ਜੋ ਪਾਇਆ ਗਾ ਕਿ ਇਹਨਾਂ ਨੇ 11 ਕਰੋੜ ਰੁਪਏ ਦੇ ਫੰਡ ਨੇ ਜਿਹੜੇ ਉਹ ਮਿਸਯੂਜ਼ ਕੀਤੇ ਹੈਗੇ ਅਤੇ ਜਿਹੜਾ ਹੈਗਾ ਇਹਨਾਂ ਦਾ ਕੰਸਟੀਟਿਊਸ਼ਨ ਸੀ ਇਸ ਕਾਲਜ ਦਾ ਉਹਨੂੰ ਵੀ ਇਹਨਾਂ ਨੇ ਅਮੈਂਡ ਕੀਤਾ ਹੈਗਾ ਅਤੇ ਇਸ ਦੇ ਨਤੀਜੇ ਦੇ ਵਜੋਂ ਇਹ ਕੱਲ੍ਹ ਜਿਹੜਾ ਆਇਆ ਗਾ ਸਾਡੇ ਕੋਲ ਪੱਤਰ ਇਹਦੇ ਜਿਹੜੀ ਕਾਲਜ ਮੈਨੇਜਮੈਂਟ ਕਮੇਟੀ ਹੈਗੀ ਇਹਨੂੰ ਸਸਪੈਂਡ ਕਰ ਦਿੱਤਾ ਗਿਆ ਹੈਗਾ ਅਤੇ ਜੋ ਐਡਮਿਨਿਸਟ੍ਰੇਸ਼ਨ ਹੈ ਇਸ ਕਾਲਜ ਦਾ ਉਹ ਡੀ ਸੀ ਸਾਹਿਬ ਸੰਗਰੂਰ ਨੂੰ ਦੇ ਦਿੱਤਾ ਗਿਆ ਹੈਗਾ ਇਨਵੈਸਟੀਗੇਸ਼ਨ ਜਦੋਂ ਇਹ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈਗੀ ਤਾਂ ਉਹਦੇ ਤੁਰੰਤ ਬਾਅਦ ਹੀ ਐਜ਼ ਪਰ ਦੀ ਡਾਇਰੈਕਸ਼ਨ ਆਫ ਆਨਰੇਬਲ ਐਸ ਐਸ ਪੀ ਸੰਗਰੂਰ ਕਿ ਇਹ ਇਨ ਦੀ ਇੰਟਰਸਟ ਆਫ ਜਸਟਿਸ ਐਂਡ ਦੀ ਫੇਅਰ ਪਲੇ ਅਤੇ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇਹਦੀ ਇਟ ਵਿਲ ਬੀ ਟ੍ਰਾਂਸਫਰ ਟੂ ਆਊਟ ਆਫ ਡਿਸਟ੍ਰਿਕਟ ਸੰਗਰੂਰ ਅਤੇ ਉਹ ਉਹਨਾਂ ਦੇ ਹੁਕਮਾਂ ਦੇ ਅਨੁਸਾਰ ਹੀ ਅਸੀਂ ਇਹ ਐਫ ਆਈ ਆਰ ਅਲੋਂਗ ਵਿਦ ਦੀ ਜਿਹੜਾ ਪੱਤਰ ਹੈਗਾ ਇਹ ਵਰਦੀ ਆਈ ਜੀ ਪਟਿਆਲਾ ਨੂੰ ਭੇਜਿਆ ਸੀਗਾ ਅਤੇ ਜੋ ਉਹਨਾਂ ਨੇ ਅੱਗੇ ਇਹ ਇਨਵੈਸਟੀਗੇਸ਼ਨ ਹੈਗੀ ਐਸ ਐਸ ਪੀ ਸਾਹਿਬ ਬਰਨਾਲਾ ਡਿਸਟ੍ਰਿਕਟ ਨੂੰ ਮਾਰਕ ਕਰਤੀ ਹੈ।